ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦਾ ਇੱਕ ਗੀਤ ਜੱਟੀ ਜਿਉਣੇ ਮੋੜ ਵਰਗੀ ਲੀਕ ਹੋਇਆ ਸੀ। ਉਸ ਤੋਂ ਬਾਅਦ ਲੋਕਾਂ ਦਾ ਗੁੱਸਾ ਇੰਨਾ ਵੱਧ ਗਿਆ ਕਿ ਲੋਕ ਮੂਸੇਵਾਲੇ ਨੂੰ ਪੁੱਠਾ ਸਿੱਧਾ ਬੋਲ ਗਾਲਾਂ ਕੱਢਣ ਲੱਗੇ, ਜਿਸਦੀ ਵੀਡੀਓ ਅਜੇ ਰਿਲੀਜ਼ ਨਹੀਂ ਸੀ ਹੋਈ। ਇਸ ਮਾਮਲੇ ਤੋਂ ਬਾਅਦ ਮੂਸੇਵਾਲੇ ਨੇ ਲਾਈਵ ਹੋ ਕੇ ਮਾਫ਼ੀ ਮੰਗ ਲਈ ਸੀ ਅਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਸ ਗੀਤ ਵਿੱਚੋਂ ਮਾਈ ਭਾਗੋ ਵਾਲਾ ਪਹਿਰਾ ਮੈਂ ਹਟਾ ਦੇਵਾਂਗਾ ਅਤੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਮੇਰਾ ਕੋਈ ਮਕਸਦ ਨਹੀਂ ਸੀ। ਕੱਲ੍ਹ ਪਰਸੋਂ ਗਾਣਾ ਲੀਕ ਹੋਇਆ ਗਾਣਾ ਅੜ ਮੁਟਿਆਰਾਂ ਫਿਲਮ ਦਾ, ਅਤੇ ਉਹਦੇ ਵਿੱਚ ਇੱਕ ਪਹਿਰਾ ਸੀ ਹੈ ਨਾ, ਅਤੇ ਮੈਨੂੰ ਸਾਰੇ ਪਾਸੇ ਮੈਸੇਜ ਪੋਸਟਾਂ ਪਈਆਂ ਵੀ ਸਿੱਧੂ ਨੇ ਗਲਤ ਕੀਤਾ ਗਲਤ ਕੀਤਾ। ਹਾਂਜੀ, ਮੇਰੇ ਤੋਂ ਗਲਤੀ ਹੋ ਸਕਦੀ ਹੈ ਜੀ, ਮੇਰੀ ਗਲਤੀ ਹੈ, ਠੀਕ ਹੈ ਨਾ। ਚਲੋ ਮੈਂ ਕਹਿੰਦਾ ਵੀ ਮੈਂ ਬਹੁਤ ਮੇਰੇ ਤੋਂ ਅਣਜਾਣੇ 'ਚ ਹੋਈ ਹੈ ਭੁੱਲ ਜੋ ਵੀ ਹੋਇਆ, ਪਰ ਮੈਂ ਕੋਈ ਮੇਰਾ ਕੁਛ ਇੱਦਾਂ ਦਾ ਮੋਟਿਵ ਨਹੀਂ ਸੀ ਵੀ ਮੈਂ ਕਿਸੇ ਨੂੰ ਹਰਟ ਕਰਾਂ ਜਾਂ ਕੁਛ ਵੀ ਉੱਦਾਂ ਦਾ, ਠੀਕ ਹੈ। ਮੇਰਾ ਕੁਛ ਮੀਨਿੰਗ ਕੁਛ ਹੋਰ ਸੀ ਗੱਲ ਕਹਿਣ ਦਾ, ਪਰ ਉਹ ਹੁਣ ਗਲਤ ਤਰੀਕੇ ਨਾਲ ਗੱਲ ਜੁੜ ਗਈ ਵੀ ਇੱਦਾਂ ਇੱਦਾਂ ਕਰਕੇ ਅਪਮਾਨ ਕੀਤਾ। ਜੇ ਮੈਂ ਅਪਮਾਨ ਕੀਤਾ ਜੀ ਤਾਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਆ ਕੇ ਆਪਾਂ ਕਹਿੰਦੇ ਵੀ ਮੈਂ ਮਾਫ਼ੀ ਕਹਿੰਦਾ, ਮਾਫ਼ੀ ਮੰਗਦਾ ਸਰ, ਪਰ ਮੇਰਾ ਕੋਈ ਇੱਦਾਂ ਦਾ ਮੋਟਿਵ ਨਹੀਂ। ਅਸੀਂ ਵੀ ਸਿੱਖ ਧਰਮ ਨੂੰ ਨਾਲ ਦੀ ਨਾਲ ਹੀ ਸੰਬੰਧਿਤ ਹਾਂ, ਸਿੱਖ ਧਰਮ ਨੂੰ ਮੰਨਦੇ ਹਾਂ, ਅਤੇ ਵੀ ਮਤਲਬ ਅਸੀਂ ਸੁਬਹਾ ਸ਼ਾਮ ਪੂਜਾ ਪਾਠ ਵੀ ਕਰਦੇ ਹਾਂਗੇ, ਸ਼ੁਭ ਦੀ ਪਾਪ ਵੀ ਕਰਦਾ ਅਸੀਂ ਵੀ ਕਰਦੇ ਹਾਂ। ਅਤੇ ਚਲੋ ਵੀ ਉਹ ਬੇਟੇ ਨੇ ਗਾਣੇ ਦਾ ਸਾਨੂੰ ਜਦੋਂ ਪਤਾ ਲੱਗਿਆ, ਬੇਟੇ ਨੇ ਨਾਲ ਦੀ ਨਾਲ ਲਾਈਵ ਹੋ ਕੇ ਮਾਫ਼ੀ ਵੀ ਮੰਗ ਲਈ। ਵੀ ਉਹਨੇ ਇਹ ਵੀ ਕਿਹਾ ਗਾ ਵੀ ਜਿਹੜਾ ਇਹਦੇ ਵਿੱਚ ਤੁਹਾਨੂੰ ਕੋਈ ਗਲਤ ਲੱਗਦਾ ਕੋਈ, ਹੈ ਨਾ, ਵੀ ਉਹ ਅਸੀਂ ਪੈਰੇ ਕੱਟ ਦੇਵਾਂਗੇ। ਬਾਕੀ ਸਰ, ਇਹ ਹਜੇ ਇਹ ਅਨਰਿਲੀਜ਼ਡ ਗਾਣਾ, ਇਹ ਤਾਂ ਹਜੇ ਰਿਲੀਜ਼ ਹੋਣਾ ਸੀਗਾ, ਅਤੇ ਵੀ ਇਹ ਲੀਕ ਹੋਇਆ ਹੋਇਆ ਗਾਣਾ। ਅਤੇ ਜਦੋਂ ਬੱਚੇ ਨੇ ਮਾਫ਼ੀ ਮੰਗ ਲਈ, ਅਸੀਂ ਵੀ ਉਹਨਾਂ ਦੀ ਮਾਫ਼ੀ ਮੰਗਦੇ ਹਾਂ, ਅੱਗੇ ਤੋਂ ਕੋਈ ਅਜਿਹਾ ਕੰਮ ਨਹੀਂ ਹੋਊ। ਇਸ ਤੋਂ ਬਾਅਦ ਉਹਨਾਂ ਦੇ ਸਿੱਖ ਜਥੇਬੰਦੀਆਂ ਵੱਲੋਂ ਬਠਿੰਡਾ ਦੇ SSP ਨਾਨਕ ਸਿੰਘ ਨੂੰ ਲਿਖਤ ਰੂਪ ਵਿੱਚ ਦਰਖਾਸਤ ਦਿੱਤੀ ਗਈ। ਗੁੱਸੇ ਵਾਲਾ ਸਿੱਧੂ ਕਲਾਕਾਰ ਆ, ਉਹਨੇ ਇੱਕ ਕੱਲ੍ਹ ਹੀ ਗਾਣਾ ਰਿਲੀਜ਼ ਕਰਿਆ ਅਤੇ ਉਹਨੇ ਜਿਹੜਾ ਸਿੱਖਾਂ ਦੇ ਕਰਤਾਰ ਖੰਡਾ ਮਾਈ ਭਾਗੋ ਦੇ ਉੱਤੇ ਉਹਨੇ ਕਮੈਂਟ ਕਰਿਆ, ਇਹੋ ਜਿਹਾ ਹੋਰ ਵੀ ਕਾਫੀ ਕੁਛ ਆ, ਅਤੇ ਅਸੀਂ ਉਹਦੇ ਸੰਬੰਧ 'ਚ SSP ਸਾਹਿਬ ਨੂੰ ਮਿਲ ਕੇ ਦਰਖਾਸਤ ਦੇ ਕੇ ਆਏ ਹਾਂ, ਅਤੇ ਹੁਣ ਅਸੀਂ ਉਹਦੇ ਪਿੰਡ ਚੱਲੇ ਹਾਂ। ਜੇ ਉਹ ਸਾਨੂੰ ਮਿਲਦਾ ਤਾਂ ਵੀ ਠੀਕ ਹੈ, ਜੇ ਨਹੀਂ ਮਿਲਦਾ ਫਿਰ ਅਸੀਂ ਦੇਖਦੇ ਹਾਂ ਅਗਲਾ ਪ੍ਰੋਗਰਾਮ ਕੀ ਕਰਨਾ। SSP ਸਾਹਿਬ ਨੂੰ ਕਹਿ ਕੇ ਆਏ ਵੀ ਤੁਸੀਂ ਇੱਥੇ ਪਰਚਾ ਕੱਟੋ ਜੋ ਬਣਦਾ ਆ। ਉਹ ਕਹਿ ਰਹੇ ਸੀ ਵੀ ਅਸੀਂ ਤੋਂ ਬਾਹਰ ਬੈਠਾ ਸੀ, ਬਾਹਰੋਂ ਵੀ ਤੁਹਾਨੂੰ ਕੋਈ ਵੱਡੀ ਗੱਲ ਨਹੀਂ ਲਿਆਉਣੀ, ਹੋਰ ਬੰਦੇ ਵੱਡੇ ਵੱਡੇ ਵੀ ਲੈ ਆਉਂਦੇ, ਛੋਟੇ ਮੋਟੇ ਲੈ ਆਉਂਦੇ, ਅਤੇ ਇਹ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਕਿ ਤੁਸੀਂ ਸਾਰਾ ਕੁਛ ਕਰ ਸਕਦੇ ਜੀ। ਅਤੇ ਉਹਨੇ ਜੋ ਵੀ ਇਹ ਸਾਡੀਆਂ ਭਾਵਨਾਵਾਂ ਵੀ ਆ ਸਾਰਾ ਕੁਛ ਆ, ਮਾਈ ਭਾਗੋ ਇੱਕ ਕੌਮ ਦੀ ਜਰਨੈਲ ਸੀ ਜਿਨ੍ਹਾਂ ਨੇ ਬੜੀ ਵੱਡੀ ਜੰਗ ਲੜੀ, ਸ਼ਹਾਦਤਾਂ ਦਿੱਤੀਆਂ, ਅਤੇ ਇੱਕ ਲੰਡੂ ਕਲਾਕਾਰ ਉੱਠ ਕੇ ਜਿਹੜਾ ਪੰਜਾਬੀ ਬੋਲੀ ਨੂੰ ਲੈ ਕੇ ਸਰਗਰਮ ਰਹਿਣ ਵਾਲੇ ਲੱਖਾ ਸਧਾਣਾ ਵੀ ਵੱਡੇ ਇਕੱਠ ਨਾਲ ਮੂਸੇਵਾਲੇ ਤੇ ਕਾਰਵਾਈ ਕਰਵਾਉਣ ਪਿੰਡ ਮੂਸਾ ਪਹੁੰਚ ਗਏ। ਬੇਨਤੀ ਕੀਤੀ ਸੀ ਜਦੋਂ ਬੰਦਾ, ਅਸੀਂ ਤੁਹਾਨੂੰ ਦੱਸ ਰਹੇ ਹਾਂ, ਅਸੀਂ ਆਪ ਕੋਈ ਨਹੀਂ ਹਜੇ ਇੱਥੋਂ ਕਰ ਰਹੇ, 4 ਵਜੇ ਤੋਂ ਪਹਿਲਾਂ ਇਹ ਦੱਸਤਾ ਅਮਰਜੀਤ ਸਿੰਘ ਤੋਂ, ਤੁਸੀਂ ਦੱਸੋ ਵੀ ਤੁਹਾਨੂੰ ਦੱਸਿਆ ਨਾ ਵੀ ਇਸ ਸਮੇਂ ਬੰਦਾ ਉੱਥੇ ਬੈਠਾ, ਘਰੇ ਬੈਠਾ। ਉਸ ਤੋਂ ਬਾਅਦ ਦੇ ਵਿੱਚ ਕਿਸੇ ਮੇਰੇ ਹਿਸਾਬ ਨਾਲ ਇੱਕ ਤਕਨੀਕ ਦੇ ਤਹਿਤ ਸਾਨੂੰ ਉੱਥੇ ਥਾਣੇ 'ਚ ਬਿਠਾਇਆ ਗਿਆ ਜੀ। ਕੀ ਕਿਹਾ ਗਿਆ ਫੋਨ 'ਤੇ ਅਮਰਜੀਤ ਸਿੰਘ ਨੇ ਕਿਹਾ ਆ ਜਾਓ ਜੀ ਮੂਸੇਵਾਲਾ ਸਾਡੇ ਥਾਣੇ 'ਚ ਆ ਗਿਆ, ਉੱਥੇ ਗੱਲ ਕਰੋ। ਨਹੀਂ ਮੈਂ ਕਿਹਾ ਬੰਦਾ ਭੇਜ, ਹੈਂ, ਮੂਸੇਵਾਲਾ ਥਾਣੇ 'ਚ ਆ ਗਿਆ, ਸਾਨੂੰ ਇਹ ਕਿਹਾ ਕਿ ਥਾਣੇ 'ਚ ਬਿਠਾਇਆ ਗਿਆ ਥਾਣੇ 'ਚ। ਹਾਂਜੀ, ਇਹ ਗੱਲ ਕੋਈ ਪਹਿਲੀ ਨਹੀਂ ਹੈ, ਹਾਂ, ਇਹ ਤਾਂ ਤੁਹਾਨੂੰ ਬਹੁਤ ਗੰਭੀਰਤਾ ਨਾਲ ਵਿਚਾਰ ਕਰਨਾ ਪਊਗਾ। ਬਿਲਕੁਲ ਜੀ, ਬਿਲਕੁਲ। ਇਹ ਅੱਜ ਦਾ ਨਹੀਂ ਹੈਗਾ ਜੀ, ਸਾਡੀ ਕੌਮ ਨਾਲ ਬਹੁਤ ਲੰਬੇ ਸਮੇਂ ਤੋਂ ਜਿਹੜਾ ਧੱਕਾ ਹੋ ਰਿਹਾ, ਜਦੋਂ ਗਿੱਲ ਅਤੇ ਬੇਅੰਤੇ ਦੀ ਜੋੜੀ ਨੇ ਇੱਕ ਸਾਡੇ ਸੰਘਰਸ਼ ਨੂੰ ਦਬਾਇਆ, ਉਹਨਾਂ ਨੇ ਦੁਬਾਰੇ ਪੋਸਟ ਕੱਟ ਕਰਵਾ ਕੇ ਸੱਭਿਆਚਾਰ ਦੇ ਨਾਂ 'ਤੇ ਗਾਇਕਾਂ ਨੂੰ ਪੈਸੇ ਦੇ ਕੇ, ਬਿਲਕੁਲ, ਗੁਰਪ੍ਰੀਤ ਘੁੱਗੀ ਮੰਨਿਆ ਕਹਿੰਦਾ ਮੈਂ ASI ਬਣਾ ਹੋਇਆ ਸੀ ਪਹਿਲਾਂ। ਡਾਕਟਰ ਸਾਹਿਬ ਦੇਖੋ ਐਲਡੀ ਵਾਲਾ ਕਿੱਡਾ ਮਾਮਲਾ ਦੇਖੋ ਜੀ, ਥੋੜ੍ਹਾ ਬਜ਼ੁਰਗ ਕਿਸੇ ਨੇ ਕੀਤਾ, ਕੋਈ ਕਰੇ ਕੋਈ ਭਰੇ, ਅਸੀਂ ਤੁਹਾਡੇ ਨਾਲ ਆ, ਸਾਨੂੰ ਨਾਲ ਹੀ ਬਣਾ ਕੇ ਛੋਟੀ ਜਿਹੀ, ਕਿਸੇ ਨੇ ਨਹੀਂ ਕੀਤਾ, ਗਾਉਣ ਵਾਲਾ ਲਿਖਿਆ ਵੀ ਇਹਨੇ ਆ ਜੀ, ਗਾਇਆ ਵੀ ਇਹਨੇ ਆ। ਇਸ ਮਾਮਲੇ ਵਿੱਚ ਤੁਸੀਂ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ, ਮੂਸੇਵਾਲੇ ਦੀ ਗਲਤੀ ਹੈ ਜਿਸ ਕਾਰਨ ਉਸ 'ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ ਜਾਂ ਨਹੀਂ। ਇਸ ਦੇ ਨਾਲ ਇਸੇ ਤਰ੍ਹਾਂ ਦੀਆਂ ਹਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। ਮਾਈ ਭਾਗੋ ਜਿਹੀ ਆ ਤਸੀਰ ਮੁੰਡਿਆ, ਪਰੀਆਂ ਜੇ ਪੈਂਦੇ ਜੇ ਭੁਲੇਖੇ ਮੁੱਖ ਦੇ, ਆਓ ਚੱਟੀ ਜਾਉਣੇ ਮੋੜ ਦੀ ਬੰਦੂਕ ਵਰਗੀ, ਦੇਖ ਦੇਖ ਚੋਪਰਾ।